देखिए जी, मेरे किरदार का नाम इस फिल्म च हैगा ताज। एंड ताज जो है वो बहुत ही, मैं जो मैं कहा, बहुत ही रियलिस्टिक एंड बहुत ही रियल जेन्युइन सिंपल जया पति है। ये कहते हैं ना हस्बैंड पति मटेरियल ते इतना प्रेशर क्यों देता है? सर, क्योंकि पति जो है वो हर पासे, हर जगह, पूरी फिल्म च क्या, जिंदगी च हर जगह, पंजाब होवे, हिंदुस्तान होवे, यूनिवर्सली होवे, वो हमेशा सैंडविच है। इस कैरेक्टर की गल करिए, मेरे लिए इस कैरेक्टर दी सब तो नवी चीज़ एंड सब तो अट्रैक्टिव चीज़ है ऐसी कि कैरेक्टर बहुत रियलिस्टिक और बहुत नेचुरल परफॉर्मेंस एक्सपेक्ट कर रहा है। एदे कोई चीज़ लाउड नहीं है। जिस तरीके नाल सर ने मैंने परफॉर्म भी कराया, मैंने लगता है चाहे यार अनमुल्य दे बाद जो मैंने मौका मिले है, मैं कोई फिल्म च सिंपल नेचुरल एक्टिंग करा, कोई स्लैपस्टिक नहीं है, कोई अनरियलिस्टिक लाउड एक्टिंग नहीं कर रहा मैं इस फिल्म च, बहुत सिंपल रियल एक्टिंग, जिवें मैं हुण हुणे बैठा तुहाडे नाल गल कर, यही टाइप दा सिंपल परफॉर्मेंस करवाया मैं। नहीं राजे, मैं हमेशा ही सिचुएशनल कॉमेडीज़ करता रहना। आह जरूरी नहीं होंदा, मेरी पिछली फिल्म सी कुड़ियां जवान बापू परेशान, वो भी कॉमेडी सी, वो भी लव, उहदे च कोई लव एंगल ही नहीं सीगा, है ना। जरूरी नहीं हैगा वी हर चीज़ नाल, तुसीं असल च पता साडी फिल्म मेकरां दी की प्रॉब्लम है, असीं ना हरेक चीज़ नाल लव एंगल जोड़ देना होंदा है, ਉਹਦੇ ਨਾਲ ਜੁੜਦਾ ਹੈ ਚਾਹੇ ਨਹੀਂ ਜੁੜਦਾ। ਮੇਰੇ ਇਹਦੇ ਨਾਲ ਨਹੀਂ ਜੁੜਦਾ ਸੀਗਾ, ਮੈਂ ਕਿਉਂਕਿ ਅਸੀਂ ਗੱਲ ਕਰ ਰਹੇ ਨੈਚੁਰਲ ਦੀ, ਨੈਚੁਰਲ ਜਾ ਰਿਹਾ ਸੀਗਾ, ਮੈਨੂੰ ਲੋੜ ਹੀ ਨਹੀਂ ਲੱਗਦੀ ਸੀਗੀ ਉਹਦੇ ਨਾਲ ਲਵ ਐਂਗਲ ਜੋੜਨ ਦੀ ਲੋੜ। ਇਹ ਮੇਰਾ ਛੋਟਾ ਸਰਪੰਚ ਹੈ, ਇਹ ਮੇਰਾ ਵੱਡਾ ਸਰਪੰਚ ਹੈ। ਠੀਕ ਹੈ, ਹਾਂਜੀ। ਸਰਪੰਚ ਦਾ ਕੀ ਰੀਜ਼ਨ ਹੈ? ਸਰਪੰਚ ਟਾਈਟਲ ਦਿੱਤਾ ਹੋਇਆ ਮੈਨੂੰ ਸਰਪੰਚ ਦਾ। ਅੱਛਾ, ਇਲੈਕਸ਼ਨ ਲੜਵਾਉਣੀ ਅਗਲੀ ਵਾਰੀ ਪੰਜਾਬ 'ਚ। ਸੋਚੋ, ਡੈਡ ਨਹੀਂ ਪਿੱਛੇ ਪੜੇ, ਇਹ ਪੜੇ। ਮਤਲਬ ਹੁਣ ਸਰਪੰਚੀ ਦੀਆਂ ਵੋਟਾਂ ਆਉਣੀਆਂ, ਉਸ ਤੋਂ ਬਾਅਦ ਜਦੋਂ ਫਿਲਮ ਆਇਆ ਕਰੂਗਾ, ਫਿਲਮ 'ਚ ਆਰਿਆ ਬੱਬਰ ਨਹੀਂ ਆਇਆ ਕਰਨਾ, ਉਹਦੇ 'ਤੇ ਲਿਖਿਆ ਹੋਇਆ ਕਿਹੜਾ, ਸਰਪੰਚ ਆਰਿਆ ਬੱਬਰ। ਦੇਖੀ, ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਜੋ ਮੇਰੇ ਲਈ ਇਸ ਫਿਲਮ ਦੇ ਨਾਲ ਜੁੜ ਗਈ ਹੈ, ਉਹ ਇਹ ਹੈ ਕਿ ਹਰ ਪਾਸੇ ਮੈਂ ਜਾ ਰਿਹਾ, ਲੋਕ ਮੈਨੂੰ ਇਹ ਕਹਿ ਰਹੇ ਕਿ ਜੀ ਉਹ ਯਾਰ ਅਣਮੁੱਲੇ, ਆ ਰਹੇ ਬੱਬਰ, ਕਮ ਬੈਕ ਫੀਲ, ਇਹ ਜੋ ਗੱਲਾਂ ਹੋ ਰਹੀਆਂ ਇਹ ਬਹੁਤ ਇਮੋਸ਼ਨਲ ਕਰਦੀਆਂ ਕਿਤੇ ਨਾ ਕਿਤੇ। ਐਂਡ ਮੇਰੇ ਲਈ ਇਹ ਬਹੁਤ ਪੋਜ਼ਿਟਿਵ ਗੱਲ ਹੈ ਕਿ ਮੇਰੀ ਆਡੀਅੰਸ ਇਸ ਫਿਲਮ ਦਾ ਇੰਤਜ਼ਾਰ ਕਰ ਰਹੀ ਹੈ, ਐਕਸਾਈਟਿਡ ਹੈ ਇਸ ਫਿਲਮ ਨੂੰ ਦੇਖਣ ਲਈ, ਤੁਸੀਂ ਸਾਰੇ ਆ ਰਹੇ ਹੋ, ਸਪੋਰਟ ਕਰ ਰਹੇ ਹੋ ਫਿਲਮ ਨੂੰ, ਮੇਰੇ ਲਈ ਇਹ ਬਹੁਤ ਓਵਰਵੈਲਮਿੰਗ ਗੱਲ ਹੈ, ਅਤੇ ਮੇਰੇ ਲਈ ਇਹ ਗੱਲ ਜੋ ਹੈ ਉਹ ਹਮੇਸ਼ਾ ਮੇਰੇ ਨਾਲ। ਮੈਨੂੰ ਲੱਗਦਾ ਜਿੰਨਾ ਕੰਮ ਤੁਸੀਂ ਕਰਦੇ ਰਹਿੰਦੇ ਹੋ, ਤੁਹਾਡਾ ਰਿਆਜ਼ ਹੁੰਦਾ ਹੈ ਆਪਣੇ ਕੰਮ ਨੂੰ ਲੈ ਕੇ, ਆਪਣੇ ਆਪ ਨੂੰ ਲੈ ਕੇ, ਅਤੇ ਜਿੰਨੇ ਸਾਲ ਤੁਸੀਂ ਆਪਣੇ ਆਪ ਨੂੰ ਯੂਨੋ ਆਪਣਾ ਕੰਮ ਕਰਦੇ ਕਰਦੇ ਅਤੇ ਆਪਣੇ ਆਪ ਨੂੰ ਵੀ ਸਮਝਦੇ ਹੋ, ਤਰਾਸ਼ਦੇ ਰਹਿੰਦੇ ਹੋ, ਅਤੇ ਵਧੀਆ ਡਾਇਰੈਕਟਰ ਜਦੋਂ ਮਿਲਦੇ ਹੋ ਉਹ ਤੁਹਾਨੂੰ ਤਰਾਸ਼ਦੇ ਆ, ਤੁਸੀਂ ਐਜ਼ ਅ ਹਿਊਮਨ ਬੀਂਗ ਵੀ ਬੈਟਰ ਹੁੰਦੇ ਹੋ। ਐਕਟਰ ਤੋਂ ਠੀਕ ਹੈ ਤੁਸੀਂ ਬੈਟਰ ਹੁੰਦੇ ਰਹਿੰਦੇ ਹੋ ਵਿਦ ਟਾਈਮ, ਬਟ ਐਜ਼ ਹਿਊਮਨ ਬੀਂਗ ਆਲਸੋ ਯੂ ਗੈਟ ਬਿਕਮ ਬੈਟਰ। ਵੈਲਕਮ ਐਂਡ ਸਤਿ ਸ਼੍ਰੀ ਅਕਾਲ, ਚੈਨਲ ਪੰਜਾਬ ਪਲੱਸ ਟੀਵੀ ਤੁਸੀਂ ਦੇਖ ਰਹੇ ਹੋ, ਅਤੇ ਅੱਜ ਆਪਾਂ ਗੱਲ ਕਰਾਂਗੇ ਫਿਲਮ ਹੇ ਸੀਰੀ ਵੇ ਸੀਰੀ ਦੇ ਬਾਰੇ, ਜੋ ਕਿ 22 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ ਫਿਲਮ ਦਾ ਬਹੁਤ ਹੀ ਜ਼ਿਆਦਾ ਸੋਹਣਾ ਹੈ, ਹਾਸਿਆ ਭਰਿਆ। ਅਗਰ ਤੁਸੀਂ ਟ੍ਰੇਲਰ ਦੇਖ ਚੁੱਕੇ ਹੋ, ਵੈਲ ਐਂਡ ਗੁੱਡ, ਅਗਰ ਨਹੀਂ ਦੇਖਿਆ ਤਾਂ ਤੁਹਾਨੂੰ ਟ੍ਰੇਲਰ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਇਹ ਟ੍ਰੇਲਰ ਤੁਹਾਨੂੰ ਪੂਰੀ ਦੀ ਪੂਰੀ ਫਿਲਮ ਦੇਖਣ ਦੇ ਲਈ ਮਜਬੂਰ ਜ਼ਰੂਰ ਕਰੂਗਾ। ਸੋ ਇਸ ਫਿਲਮ ਦੇ ਡਾਇਰੈਕਟਰ ਅਵਤਾਰ ਸਿੰਘ ਜੀ ਅਤੇ ਅਹਿਮ ਕਿਰਦਾਰ ਅਦਾ ਕਰਨ ਵਾਲੇ ਆਰਿਆ ਬੱਬਰ ਇਸ ਵੇਲੇ ਆਪਣੇ ਨਾਲ ਹੈ, ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬ ਪਲੱਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਅਵਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਾਰਿਆਂ ਦਾ? ਹਾਂਜੀ, ਮੇਰੀ ਮੁਬਾਰਕਬਾਦ ਕਬੂਲ ਕਰ ਲਾ। ਥੈਂਕ ਯੂ, ਥੈਂਕ ਯੂ ਸੋ ਮਚ ਜੀ। ਸੋ ਅਗਰ ਆਪਾਂ ਫਿਲਮ ਦੇ ਬਾਰੇ ਸਰ ਗੱਲ ਕਰੀਏ, ਬਹੁਤ ਸਾਰੇ ਲੋਕਾਂ ਨੇ ਟ੍ਰੇਲਰ ਦੇਖ ਲਿਆ, ਪਸੰਦ ਵੀ ਕੀਤਾ ਜਾ ਰਿਹਾ, ਮੈਂ ਚਾਹੂੰਗੀ ਕਿ ਫਿਲਮ ਦੇ ਬਾਰੇ ਤੁਸੀਂ ਥੋੜਾ ਜਿਹਾ ਜ਼ਰੂਰ ਦੱਸੋ ਕਿਸ ਤਰੀਕੇ ਦੀ ਫਿਲਮ ਹੋਵੇਗੀ, ਜਿਨ੍ਹਾਂ ਨੇ ਅਜੇ ਤੱਕ ਟ੍ਰੇਲਰ ਨਹੀਂ ਦੇਖਿਆ ਤਾਂ ਕਿ ਉਹ ਤੁਹਾਨੂੰ ਸੁਣ ਕੇ ਟ੍ਰੇਲਰ ਜ਼ਰੂਰ ਦੇਖਣ। ਅਸੀਂ ਪੰਜਾਬੀ ਲੋਕ ਹਾਂ ਜਿਹੜੇ ਹਾਸਾ ਠੱਠਾ ਬਹੁਤ ਪਸੰਦ ਕਰਦੇ ਹਾਂ, ਬਹੁਤ ਸੋਹਣੀ ਕਾਮੇਡੀ ਹੈ ਔਰ ਬਹੁਤ ਹਰ ਵਾਰ ਜਿਹੜੀ ਹੁੰਦੀ ਹੈ ਨਾ ਉਹ ਤੋਂ ਹਟ ਕੇ ਕਾਮੇਡੀ ਹੈ।
ਤੁਸੀਂ ਹਰ ਵਾਰ ਪੰਜਾਬ ਵਾਲੇ ਕਹਿੰਦੇ ਹੁੰਦੇ ਸਾਨੂੰ ਡਿਫਰੈਂਟ ਚਾਹੀਦਾ, ਡਿਫਰੈਂਟ ਕਿਸਮ ਦਾ, ਆਮ ਲੋਕਾਂ ਦੀ ਫਿਲਮ ਹੈ, ਸੀਰੀ ਦੀ ਫਿਲਮ ਹੈ, ਜੱਟ ਦੀ ਫਿਲਮ ਹੈ, ਔਰ ਕਨੈਕਟ ਕੀਤਾ ਹੋਇਆ ਅਲੀਟ ਕਲਾਸ ਨਾਲ ਜਿਹੜੇ ਪੜ੍ਹੇ ਲਿਖੇ ਲੋਕ ਨੇ, ਸੋ ਸਾਰਿਆਂ ਨੂੰ ਅਸੀਂ ਇਨਵੋਲਵ ਕਰ ਰਹੇ। ਇੱਕ ਵਾਰੀ ਟ੍ਰੇਲਰ ਦੇਖ ਲਓ, ਉਦੋਂ ਬਾਅਦ ਟ੍ਰੇਲਰ ਜੇ ਨਾ ਪਸੰਦ ਆਏ ਤਾਂ ਬੇਸ਼ੱਕ ਨਾ ਜਾਏ ਜੀ। ਸੋ ਆਰਿਆ, ਅਗਰ ਤੁਹਾਡੇ ਨਾਲ ਗੱਲ ਕਰੀਏ, ਤੁਹਾਡਾ ਕਿਰਦਾਰ ਇਸ ਫਿਲਮ ਦੇ ਵਿੱਚ ਕਿਸ ਤਰੀਕੇ ਦਾ ਦੇਖਣ ਨੂੰ ਮਿਲੇਗਾ, ਔਰ ਜਦੋਂ ਤੁਹਾਡੇ ਕੋਲ ਫਿਲਮ ਦੀ ਆਫਰ ਆਉਂਦੀ ਹੈ ਨਾ, ਤੁਹਾਨੂੰ ਸਭ ਤੋਂ ਵਧੀਆ ਚੀਜ਼ ਪੂਰੀ ਫਿਲਮ ਦੇ ਵਿੱਚ ਕਿਹੜੀ ਲੱਗੀ ਸੀ? ਦੇਖੀ ਜੀ, ਮੇਰੇ ਕਿਰਦਾਰ ਦਾ ਨਾਂ ਇਸ ਫਿਲਮ 'ਚ ਹੈਗਾ ਤਾਜ, ਐਂਡ ਤਾਜ ਜੋ ਹੈ ਉਹ ਬਹੁਤ ਹੀ, ਮੈਂ ਜੇ ਮੈਂ ਕਹਾਂ, ਬਹੁਤ ਹੀ ਰੀਅਲਿਸਟਿਕ ਐਂਡ ਬਹੁਤ ਹੀ ਰੀਅਲ ਜੈਨੂਇਨ ਸਿੰਪਲ ਜਿਹਾ ਪਤੀ ਹੈ। ਇਹ ਕਹਿੰਦਾ ਨਾ ਹਸਬੈਂਡ ਪਤੀ 'ਤੇ ਇੰਨਾ ਪ੍ਰੈਸ਼ਰ ਕਿਉਂ ਦਿੱਤਾ ਸਰ? ਕਿਉਂਕਿ ਪਤੀ ਜੋ ਹੈ ਉਹ ਹਰ ਪਾਸੇ, ਹਰ ਜਗ੍ਹਾ, ਪੂਰੀ ਫਿਲਮ 'ਚ ਕਿਆ, ਜ਼ਿੰਦਗੀ 'ਚ ਹਰ ਜਗ੍ਹਾ, ਪੰਜਾਬ ਹੋਵੇ, ਹਿੰਦੁਸਤਾਨ ਹੋਵੇ, ਯੂਨੀਵਰਸਲੀ ਹੋਵੇ, ਉਹ ਹਮੇਸ਼ਾ ਸੈਂਡਵਿਚ ਹੁੰਦਾ, ਸੀਰੀ ਹੁੰਦਾ, ਉਹ ਸੈਂਡਵਿਚ ਹੁੰਦਾ, ਹਰ ਪਾਸੇ ਜਾ ਕੇ ਫਸ ਜਾਂਦਾ। ਕਿਉਂ? ਕਿਉਂਕਿ ਉਹ ਆਪਣੀ ਵਾਈਫ ਨੂੰ ਖੁਸ਼ ਰੱਖਣਾ ਚਾਹ ਰਿਹਾ ਹੈ, ਆਪਣੇ ਜਵਾਕ ਨੂੰ ਖੁਸ਼ ਰੱਖਣਾ ਚਾਹ ਰਿਹਾ ਹੈ, ਆਪਣੇ ਮਾਂ ਪਿਓ ਨੂੰ ਖੁਸ਼ ਰੱਖਣਾ ਚਾਹ ਰਿਹਾ, ਔਰ ਲਾਸਟ 'ਚ ਜਾ ਕੇ ਉਹ ਆਪਣੀ ਸੀਰੀ ਨੂੰ ਵੀ ਖੁਸ਼ ਰੱਖਣਾ ਚਾਹ ਰਿਹਾ। ਅਤੇ ਸਭ ਦੇ ਵਿੱਚ ਜਾ ਕੇ ਮੈਂ ਹਮੇਸ਼ਾ ਜੋ ਹੈ, ਮੇਰਾ ਕੈਰੈਕਟਰ ਸੈਂਡਵਿਚ ਹੁੰਦਾ ਰਹਿੰਦਾ ਹੈ, ਇਮੋਸ਼ਨਲੀ ਸਭ ਨੂੰ ਬੈਲੈਂਸ ਕਰਦਾ ਹੈ, ਅਤੇ ਇਹੀ ਮੇਰਾ ਕੈਰੈਕਟਰ ਸਪੇਸ ਹੈ। ਤਾਂ ਮੇਰਾ ਕੈਰੈਕਟਰ ਇੱਕ ਰਿਐਕਟਿਵ ਸਪੇਸ ਦਾ ਐਕਟਰ ਹੈ, ਕੈਰੈਕਟਰ ਬਣਿਆ। ਅਤੇ ਮੈਨੂੰ ਇਹ ਫਿਲਮ ਮਿਲੀ, ਮੈਂ ਬਹੁਤ ਐਕਸਾਈਟਿਡ ਹੋਇਆ। ਸਰ ਨੇ ਮੈਨੂੰ ਇੱਥੇ ਹੀ ਪੰਜਾਬ 'ਚ ਹੀ ਮੈਨੂੰ ਮਿਲੇ ਸੀ ਸਰ, ਅਤੇ ਚੰਡੀਗੜ੍ਹ ਆ ਕੇ ਮੈਨੂੰ ਕਹਾਣੀ ਬਾਰੇ ਥੋੜ੍ਹਾ ਜਿਹਾ ਦੱਸਿਆ ਸੀ। ਮੈਨੂੰ ਟਾਈਟਲ ਸਭ ਤੋਂ ਪਹਿਲਾਂ ਟਾਈਟਲ ਬਹੁਤ ਵਧੀਆ ਲੱਗਿਆ, ਹੇ ਸਿਰੀ ਵੇ ਸਿਰੀ, ਇਹ ਥੋਟ ਬਹੁਤ ਵਧੀਆ ਲੱਗਿਆ ਕਿ ਯਾਰ ਐਪਲ ਸਿਰੀ ਤਾਂ ਹੈ ਹੀ ਹੈ, ਬਟ ਆਪਣੇ ਪੰਜਾਬ ਦਾ ਵੀ ਸਿਰੀ ਹੈ, ਅਤੇ ਉਹਦਾ ਬੌਂਡ ਜੱਟ ਦੇ ਨਾਲ ਕੀ ਹੈ ਕੀ ਨਹੀਂ ਹੈ, ਉਹ ਚੀਜ਼ਾਂ ਮੈਨੂੰ ਬਹੁਤ ਬਹੁਤ ਨਿਊ ਲੱਗੀ, ਅਤੇ ਮੈਨੂੰ ਲੱਗਿਆ ਆਡੀਅੰਸ ਦੇ ਨਾਲ ਕਨੈਕਟ ਹੋਵੇਗੀ ਇਹ ਚੀਜ਼। ਕੁਛ ਕੁ ਨਾ ਪੁਰਾਣੀਆਂ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਜਿਹੜਾ ਸਿਰੀ ਦਾ ਕਨਸੈਪਟ ਹੈ ਨਾ ਹੁਣ ਬਹੁਤ ਘੱਟਦਾ ਜਾ ਰਿਹਾ। ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਜਿਹੜੀ ਸ਼ਹਿਰਾਂ 'ਚ ਰਹਿੰਦੀ ਹੈ, ਉਹਨਾਂ ਨੂੰ ਸਿਰੀ ਬਾਰੇ ਨਹੀਂ ਪਤਾ, ਉਹਨਾਂ ਦੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ। ਸਾਡੀ ਇੱਕ ਕੋਸ਼ਿਸ਼ ਇਹ ਵੀ ਹੈ ਵੀ ਉਹਨਾਂ ਨੂੰ ਵੀ ਸਿਰੀ ਬਾਰੇ ਅਵੇਅਰ ਕਰ ਦੇ ਕਿ ਸਿਰੀ ਕੀ ਆਈਟਮ ਹੁੰਦਾ। ਬਿਲਕੁਲ, ਜੇ ਮੈਨੂੰ ਵੀ ਸਿਰੀ ਬਾਰੇ ਸਰ ਤੇ ਤੁਹਾਨੂੰ ਪਤਾ ਲੱਗਿਆ, ਮੈਨੂੰ ਨਹੀਂ ਪਤਾ ਸੀ ਸਿਰੀ ਬਾਰੇ, ਮੈਨੂੰ ਪਹਿਲੀ ਵਾਰ ਇਹਨਾਂ ਦੇ ਥਰੂ ਪਤਾ ਲੱਗਿਆ, ਅਤੇ ਮੈਂ ਇੰਨਾ ਫੈਸੀਨੇਟ ਹੋਇਆ ਇਸ ਥੋਟ ਤੋਂ। ਤੁਸੀਂ ਇਹ ਸੋਚੋ, ਮੈਂ ਮਜ਼ਾਕ ਦੀ ਗੱਲ ਨਹੀਂ ਕਰ ਰਿਹਾ, 1974 'ਚ ਸਟੀਵ ਜੋਬਸ ਆਇਆ ਸੀ ਪੰਜਾਬ, ਇੰਡੀਆ ਆਇਆ ਸੀ। ਮੈਨੂੰ ਲੱਗਦਾ ਸਰ ਉਹ ਕੋਈ ਨਾ ਕੋਈ ਸਿਰੀ ਟਕਰਾ ਜ਼ਰੂਰ ਹੋਵੇਗਾ, ਨਹੀਂ ਤਾਂ ਤੁਸੀਂ ਇਹਦਾ ਨਾਂ ਸਿਰੀ ਹੀ ਕਿਉਂ ਹੈ, ਫਿਰ ਵੀ ਹੋ ਸਕਦਾ ਸੀ। ਕਾਪੀਰਾਈਟ ਤਾਂ ਸਾਡੇ ਕੋਲ ਹੈ, ਕਾਪੀਰਾਈਟ ਤਾਂ ਪੰਜਾਬ ਕਰ ਤਾਂ ਹੋ ਹੀ ਰਿਹਾ, ਜੋ ਸਾਡਾ ਸਿਰੀ ਕਰਦਾ ਹੈ, ਇਹ ਸਿਰੀ ਕਰ ਕੀ ਰਿਹਾ ਹੈ? ਨਹੀਂ, ਸਾਡੇ ਸਿਰੇ ਤਾਂ ਬਰਾਬਰ ਕੁਛ ਵੀ ਨਹੀਂ ਕਰ ਪਾ ਰਿਹਾ, ਨਾ ਵੀ ਰੱਖ ਲਿਆ ਕਮਾਂਡ ਦੇ, ਤਾਂ ਸਿਰਫ ਇਹ ਕਹਦਾ ਇਹ ਸਿਰੀ ਕਾਲ ਦਾ ਫਲਾਣਾ ਫਲਾਣਾ ਫਲਾਣਾ, ਇਹ ਕਾਲ ਕਰ ਸਕਦਾ। ਸਾਡਾ ਸਿਰੀ ਤਾਂ ਸਾਰਾ ਕੁਛ ਕਰ ਦਿੰਦਾ, ਧਾਰ ਵੀ ਕੱਢ ਦਿੰਦਾ, ਪੱਠੇ ਚੁੱਕ ਕੇ ਲਿਆ, ਮਜ਼ਾ ਵੀ ਕਾਲ ਕਰਨ ਦੀ ਤਾਂ ਦੂਰ ਬੰਦਾ ਰੱਖ ਲਵੇ। ਮੈਨੂੰ ਲੱਗਦਾ ਹੈ ਸਿਰੀ ਦਾ ਜ਼ਿਆਦਾ ਲੋਕਾਂ ਨੂੰ ਪਤਾ, ਵੇ ਸਿਰੀ ਦਾ ਨਹੀਂ ਪਤਾ ਹੈਗਾ ਇਸ ਟਾਈਮ। ਨਹੀਂ ਰਾਜੇ, ਵੇ ਸਿਰੀ ਦਾ ਬਹੁਤ ਲੋਕਾਂ ਨੂੰ, ਜਿਹੜੀ ਸਾਡੀ ਜਿਹੜੀ ਟ੍ਰੈਡੀਸ਼ਨਲ ਜਨਰੇਸ਼ਨ ਹੈ ਨਾ, ਉਹਨੂੰ ਸਭ ਨੂੰ ਪਤਾ ਹੈ। ਜਿਹੜੇ ਸੋ ਕਾਲਡ ਅਸੀਂ ਆਪਦੇ ਆਪ ਨੂੰ ਜਿਹੜੇ ਕਹਿੰਦੇ ਨਵੇਂ ਆ ਅਸੀਂ, ਨਿਊ ਜਨਰੇਸ਼ਨ, ਉਹਨਾਂ ਨੂੰ ਬਾਰੇ ਨਹੀਂ ਪਤਾ। ਇਹ ਟੈਕਨੋਲੋਜੀ ਦੀ ਅਗਰ ਆਪਾਂ ਗੱਲ ਕਰੀਏ ਹੈ ਨਾ, ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ, ਬਹੁਤ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਰਹੀਆਂ ਜੋ ਆਪਣੇ ਪਿੰਡਾਂ ਦੇ ਵਿੱਚ ਰਹਿ ਗਈਆਂ, ਹੁਣ ਸ਼ਾਇਦ ਸ਼ਹਿਰਾਂ ਦੇ ਵਿੱਚੋਂ ਖਤਮ ਹੋ ਚੁੱਕੀਆਂ। ਕੀ ਲੱਗਦਾ ਹੈ ਕਿ ਜ਼ਿਆਦਾ ਫਾਇਦੇ ਹੀ ਹੁੰਦੇ ਆ ਜਾਂ ਨੁਕਸਾਨ ਹੈਗੇ ਆ ਇਹਨਾਂ ਚੀਜ਼ਾਂ ਦੇ? ਉਹਦਾ ਤਾਂ ਹਰੇਕ ਚੀਜ਼ ਦੇ ਆਪਣੇ ਆਪਣੇ ਫਾਇਦੇ ਨੇ, ਆਪਣੇ ਆਪਣੇ ਨੁਕਸਾਨ। ਬਿਲਕੁਲ, ਹੈ ਨਾ, ਕਿਸੇ ਚੀਜ਼ ਦੇ ਫਾਇਦੇ ਵੀ ਨੇ, ਉਹਦੇ ਨਾਲ ਨੁਕਸਾਨ ਵੀ ਲੱਗਦਾ, ਗੁਲਾਬ ਦੇ ਕੰਡੇ ਵੀ ਹੁੰਦੇ ਨੇ। ਬਿਲਕੁਲ, ਹੈ ਨਾ, ਬਹੁਤ ਸੋਹਣੀ ਗੱਲ ਕਹੀ ਹੈ। ਹਾਂ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਾਨੂੰ ਪਹਿਲਾਂ ਨੁਕਸਾਨ ਦਿਖਦੇ ਹੁੰਦੇ ਨੇ, ਬਾਅਦ 'ਚ ਅਸੀਂ ਕਹਿੰਦੇ ਹੁੰਦੇ ਵੀ ਪਰਮਾਤਮਾ ਨੇ ਆਹ ਯਾਰ ਚੰਗੇ ਵਾਸਤੇ ਕੀਤਾ ਸੀਗਾ। ਬਹੁਤ ਵਾਰ ਤੁਹਾਡੇ ਮੂੰਹ 'ਚੋਂ ਸੁਭਾਵਿਕ ਨਿਕਲਦਾ ਹੁੰਦਾ, ਉਹ ਹਰ ਚੀਜ਼ ਦੇ ਆਪਣੇ ਆਪਣੇ ਫਾਇਦੇ ਨੁਕਸਾਨ ਨੇ। ਬਿਲਕੁਲ, ਸੋ ਆਰੀਆ, ਜਿੱਦਾਂ ਕਿ
ਕਿਰਦਾਰ ਤੁਹਾਡੇ ਵੱਲੋਂ ਅਲੱਗ ਅਲੱਗ ਤਰੀਕੇ ਦੇ ਅਦਾ ਕੀਤੇ ਜਾਂਦੇ ਆ, ਹਰ ਕਿਰਦਾਰ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਯਾਰਨ ਮੁੱਲੇ ਦੇ ਕਿਰਦਾਰ ਨੂੰ ਬਹੁਤ ਪਿਆਰ ਦਿੱਤਾ ਗਿਆ ਸੀ, ਅਤੇ ਮੈਂ ਪਰਸਨਲੀ ਆਪਣੀ ਗੱਲ ਕਰਾਂ ਤਾਂ ਵਿਰਸਾ ਫਿਲਮ ਦੇ ਵਿੱਚ ਜੋ ਤੁਹਾਡੇ ਕਿਰਦਾਰ ਦੀਆਂ ਦੋ ਸ਼ੇਡਸ ਦੇਖਣ ਨੂੰ ਮਿਲੀਆਂ ਸੀ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਸੀ, ਹੈ ਨਾ। ਸੋ ਕਿਰਦਾਰਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਸ ਕਿਰਦਾਰ ਦੀ ਤੁਹਾਨੂੰ ਕਿੰਨੀ ਕੁ ਚਾਹਤ ਸੀ ਕਦੋਂ ਤੁਸੀਂ ਕਿ ਇਸ ਤਰੀਕੇ ਦਾ ਵੀ ਕਿਰਦਾਰ ਮੈਂ ਅਦਾ ਕਰਨਾ ਚਾਹੂੰਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਜਦੋਂ ਇਹ ਫਿਲਮ ਔਫਰ ਹੋਈ, ਮੈਨੂੰ ਇਹ ਫਿਲਮ ਦਾ ਥੋਟ ਅਤੇ ਸਕ੍ਰਿਪਟ ਮੈਨੂੰ ਸਮਝ ਲੱਗੀ, ਅਤੇ ਮੈਂ ਪਹਿਲੇ ਤਾਂ ਮੇਰੀ ਚਾਹ ਸੀ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਨਾ ਚਾਹ ਰਿਹਾ, ਅਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਰੱਬ ਦਾ ਕਿ ਇਹ ਫਿਲਮ ਮੈਨੂੰ ਮਿਲੀ। ਸੱਚੀ ਇਹ ਚਾਂਸ ਦੀ ਗੱਲ ਹੁੰਦੀ ਹੈ, ਕਦੇ ਮਤਲਬ ਕੋਈ ਫਿਲਮ ਕਿਸੇ ਹੋਰ ਨੂੰ ਚਲੀ ਜਾਂਦੀ, ਇਹ ਫਿਲਮ ਵੀ ਮੈਨੂੰ ਲੱਗਦਾ ਕਿਤੇ ਹੋਰ ਜਾ ਰਹੀ ਸੀ, ਰੱਬ ਨੇ ਮੈਨੂੰ ਦੇ ਦਿੱਤੀ, ਮੈਂ ਸੱਚੀ ਕਿਹਾ। ਐਂਡ ਜੇ ਇਸ ਕੈਰੈਕਟਰ ਦੀ ਗੱਲ ਕਰੀਏ, ਮੇਰੇ ਲਈ ਇਸ ਕੈਰੈਕਟਰ ਦੀ ਸਭ ਤੋਂ ਨਵੀਂ ਚੀਜ਼, ਸਭ ਤੋਂ ਅਟਰੈਕਟਿਵ ਚੀਜ਼ ਇਹ ਸੀ ਕਿ ਇਹ ਕੈਰੈਕਟਰ ਬਹੁਤ ਰਿਅਲਿਸਟਿਕ ਔਰ ਬਹੁਤ ਨੈਚੁਰਲ ਪਰਫੋਰਮੈਂਸ ਐਕਸਪੈਕਟ ਕਰਦਾ ਹੈ, ਇਹਦੇ 'ਚ ਕੋਈ ਚੀਜ਼ ਅਲਾਊਡ ਨਹੀਂ ਹੈ। ਜਿਸ ਤਰੀਕੇ ਨਾਲ ਸਰ ਨੇ ਮੈਨੂੰ ਪਰਫੋਰਮ ਵੀ ਕਰਾਇਆ, ਮੈਨੂੰ ਲੱਗਦਾ ਹੈ ਚਾਹੇ ਯਾਰ ਅਣਮੁੱਲੇ ਦੇ ਬਾਅਦ ਜੇ ਮੈਨੂੰ ਮੌਕਾ ਮਿਲਿਆ ਹੈ ਮੈਂ ਕੋਈ ਫਿਲਮ 'ਚ ਸਿੰਪਲ ਨੈਚੁਰਲ ਐਕਟਿੰਗ ਕਰਾਂ, ਕੋਈ ਸਲੈਪਸਟਿਕ ਨਹੀਂ ਹੈ, ਕੋਈ ਅਨਰਲਿਸਟਿਕ ਲਾਊਡ ਐਕਟਿੰਗ ਨਹੀਂ ਕਰ ਰਿਹਾ ਮੈਂ ਇਸ ਫਿਲਮ 'ਚ, ਬਹੁਤ ਸਿੰਪਲ ਰੀਅਲ ਐਕਟਿੰਗ ਜਿਵੇਂ ਮੈਂ ਹੁਣ ਹੁਣੇ ਬੈਠਾ ਹਾਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹੀ ਟਾਈਪ ਦਾ ਸਿੰਪਲ ਪਰਫਾਰਮੈਂਸ ਕਰਵਾਇਆ ਮੇਰੇ ਤੋਂ। ਓਕੇ, ਸੋ ਆਪਾਂ ਫਿਲਮ ਦੀ ਅਗਰ ਗੱਲ ਕਰੀਏ ਸਰ, ਕਾਮੇਡੀ ਫਿਲਮਾਂ ਬਹੁਤ ਸਾਰੀਆਂ ਆ ਰਹੀਆਂ ਪੰਜਾਬੀ ਫਿਲਮ ਇੰਡਸਟਰੀ 'ਚ, ਪਰ ਅਕਸਰ ਕਾਮੇਡੀ ਜੋ ਹੈ ਇੱਕ ਲਵ ਸਟੋਰੀ ਦੇ ਵਿੱਚ ਦਿਖਾਈ ਜਾਂਦੀ ਹੈ, ਪਰ ਇਹ ਬਹੁਤ ਹੀ ਵੱਖਰਾ ਜਿਹਾ ਕਨਸੈਪਟ ਹੈ ਨਾ। ਮੈਨੂੰ ਨਹੀਂ ਲੱਗਦਾ ਸੋਚਿਆ ਵੀ ਹੋਊਗਾ ਕਿਸੇ ਨੇ ਕਿ ਸੀਰੀ ਨੂੰ ਲੈ ਕੇ ਵੀ ਇੱਕ ਕਾਮੇਡੀ ਫਿਲਮ ਬਣ ਸਕਦੀ ਹੈ। ਜੀ, ਮੈਂ ਹਮੇਸ਼ਾ ਹੀ ਸਿਚੁਏਸ਼ਨਲ ਕਾਮੇਡੀਜ਼ ਕਰਦਾ ਰਹਿਣਾ ਜੀ, ਆਹ ਜ਼ਰੂਰੀ ਹੁੰਦਾ। ਮੇਰੀ ਪਿਛਲੀ ਫਿਲਮ ਸੀਗੀ ਕੁੜੀਆਂ ਜਵਾਨ ਬਾਪੂ ਕੁੜੀਆਂ ਜਵਾਨ ਬਾਪੂ ਪਰੇਸ਼ਾਨ, ਉਹ ਵੀ ਕਾਮੇਡੀ ਸੀਗੀ, ਕਾਮੇਡੀ ਸੀ ਔਰ ਉਹ ਵੀ ਵੱਖਰਾ ਸੀ, ਉਹਦੇ 'ਚ ਕੋਈ ਲਵ ਐਂਗਲ ਹੀ ਨਹੀਂ ਸੀਗਾ, ਹੈ ਨਾ। ਜ਼ਰੂਰੀ ਨਹੀਂ ਹੈਗਾ ਵੀ ਹਰ ਚੀਜ਼ ਨਾਲ ਤੁਸੀਂ, ਅਸਲ 'ਚ ਪਤਾ ਸਾਡੀ ਫਿਲਮ ਮੇਕਰਾਂ ਦੀ ਕੀ ਪ੍ਰੋਬਲਮ ਹੈ, ਅਸੀਂ ਨਾ ਹਰੇਕ ਚੀਜ਼ ਨਾਲ ਲਵ ਐਂਗਲ ਜੋੜ ਦੇਣਾ ਹੁੰਦਾ, ਬਿਲਕੁਲ ਉਹਦੇ ਨਾਲ ਜੁੜਦਾ ਹੈ ਚਾਹੇ ਨਹੀਂ ਜੁੜਦਾ। ਮੇਰੇ ਇਹਦੇ ਨਾਲ ਨਹੀਂ ਜੁੜਦਾ ਸੀਗਾ ਮੈਂ, ਕਿਉਂਕਿ ਅਸੀਂ ਗੱਲ ਕਰ ਰਹੇ ਨੈਚੁਰਲ ਦੀ, ਨੈਚੁਰਲ ਜਾ ਰਿਹਾ ਸੀਗਾ, ਮੈਨੂੰ ਲੋੜ ਹੀ ਨਹੀਂ ਲੱਗਦੀ ਸੀਗੀ ਉਹਦੇ ਨਾਲ ਲਵ ਐਂਗਲ ਜੋੜਨ ਦੀ ਲੋੜ ਹੈ, ਹੈ ਨਾ। ਤੋ ਜਿੰਨਾ ਕੁ ਰੋਮਾਂਸ ਚਾਹੀਦਾ ਉਹ ਵਿਆਹੇ ਹੋਏ ਜੋੜੇ 'ਚ ਵੀ ਹੋ ਸਕਦਾ, ਉਨਾ ਕੁ ਰੋਮਾਂਸ ਅਸੀਂ ਦਿਖਾਇਆ ਜਿੰਨਾ ਹੋਣਾ ਚਾਹੀਦਾ ਸੀ। ਬਿਲਕੁਲ, ਮੈਨੂੰ ਲੱਗਦਾ ਤੁਸੀਂ ਇਹ ਫਿਲਮ ਦੇ ਜ਼ਰੀਏ ਨਾ ਆਪਣਾ ਜੋ ਸੀਰੀ ਹੈ ਤੁਹਾਡਾ ਮਿੱਠੂ ਉਹ ਵੀ ਮਸ਼ਹੂਰ ਕਰ ਦਿੱਤਾ। ਹਾਂ, ਕੈਰੈਕਟਰ ਦਾ ਨਾਮ ਰੋਇਲਟੀ ਮੰਗੂਗਾ। ਹਾਂ, ਹਰਦੀਪ ਸਿੰਘ ਦਾ ਕੈਰੈਕਟਰ ਨਾ ਹੀ ਮਿੱਠੂ ਹੈ, ਰੋਇਲਟੀ ਮੰਗੂਗਾ ਉਹ। ਇਸ ਫਿਲਮ ਦੇ ਵਿੱਚ ਅਗਰ ਆਪਾਂ ਸੀਰੀ ਦੀ ਗੱਲ ਕਰੀਏ, ਹੈ ਨਾ, ਆਪਾਂ ਇੱਕ ਸਰਵੈਂਟ ਹੀ ਕਹਿੰਦੇ ਆ, ਪਰ ਮੈਨੂੰ ਲੱਗਦਾ ਨਾ ਇੱਕ ਸ਼ਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਇੱਕ ਫਰਕ ਹੁੰਦਾ। ਸੌਰੀ, ਮੈਂ ਵਿੱਚੋਂ ਕਰੈਕਟ ਕਰ ਰਿਹਾ, ਆਮ ਸੌਰੀ। ਨਹੀਂ, ਮੈਂ ਵੀ, ਮੇਰਾ ਸਵਾਲ ਉਸੇ ਨਾਲ ਰਿਲੇਟਡ ਹੈ ਕਿ ਮਤਲਬ ਇੱਕ ਸਰਵੈਂਟ ਤਰ੍ਹਾਂ ਕਹਿੰਦੇ ਆ, ਸ਼ਹਿਰਾਂ ਦੇ ਵਿੱਚ ਤੇ ਪਿੰਡਾਂ 'ਚ ਫਰਕ ਹੈ, ਉੱਥੇ ਇੱਕ ਪਰਿਵਾਰ ਦਾ ਹਿੱਸਾ ਹੀ ਉਹਨਾਂ ਨੂੰ ਮੰਨਿਆ ਜਾਂਦਾ ਹੈ, ਇਹਦੇ ਬਾਰੇ। ਮੈਂ ਉਹੀ ਤੁਹਾਨੂੰ ਸੀਰੀ ਦੀ ਐਕਚੁਅਲ ਡੈਫੀਨੇਸ਼ਨ ਕੀ ਹੈ ਜੀ, ਸੀਰੀ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਕਹਿੰਦੇ ਆ ਵੀ ਆਹ ਇਸ ਪ੍ਰੋਪਰਟੀਜ਼ ਦੋ ਸੀਰੀ ਨੇ, ਦੋ ਸੀਰੀ ਮਤਲਬ ਦੋ ਪਾਰਟਨਰ। ਸੀਰੀ ਦਾ ਜਿਹੜਾ ਸ਼ਬਦਿਕ ਅਰਥ ਹੈ ਉਹ ਸਰਵੈਂਟ ਨਹੀਂ ਹੈਗਾ, ਉਹ ਹੈਗਾ ਪਾਰਟਨਰ। ਜਦੋਂ ਪਹਿਲਾਂ ਪੁਰਾਣਾ ਟਾਈਮ ਸੀਗਾ ਉਦੋਂ ਐਗਰੀਕਲਚਰ ਹੁੰਦੀ ਸੀਗੀ, ਉਦੋਂ ਨਾ ਤਾਂ ਜੱਟ ਕੋਲੇ ਦੇਣ ਨੂੰ ਪੈਸੇ ਹੁੰਦੇ ਸੀਗੇ, ਹੈ ਨਾ। ਔਰ ਸੀਰੀ ਨੇ ਪੈਸਾ ਕਰਨਾ ਕੀ ਸੀਗਾ, ਉਹਨੇ ਲੈ ਕੇ ਆਉਣਾ ਸੀਗਾ ਜਿਹੜਾ ਉਹਦੇ ਖਾਣ ਵਾਸਤੇ ਚੀਜ਼ਾਂ ਚਾਹੀਦੀਆਂ, ਉਹ ਚਾਹੀਦੀਆਂ। ਉਹ ਕਿੱਥੇ ਹੁੰਦੀਆਂ ਸੀਗੀਆਂ? ਉਹ ਖੇਤਾਂ 'ਚ ਉੱਗਦੀਆਂ ਸੀਗੀਆਂ। ਉਹ ਆਪਦੀ ਫਸਲ ਦਾ ਕੁਛ ਹਿੱਸਾ, ਕੁਛ ਪਾਰਟ, ਪਰਸੈਂਟੇਜ ਡਿਸਾਈਡ ਹੁੰਦੀ ਸੀਗੀ ਵੀ ਇੰਨੇ ਪਰਸੈਂਟ ਤੇਰਾ ਅਤੇ ਇੰਨੇ ਪਰਸੈਂਟ ਮੇਰਾ, ਕੰਮ ਆਪਾਂ ਦੋਨੇ ਰਲ ਕੇ ਕਰਾਂਗੇ, ਖੇਤ ਮੇਰਾ। ਉਸ ਹਿਸਾਬ ਨਾਲ ਜੱਟ ਦੀ ਪਰਸੈਂਟੇਜ ਵੱਧ ਹੁੰਦੀ ਸੀ ਕਿਉਂਕਿ ਉਹ ਕੰਮ ਵੀ ਕਰਦੇ, ਖੇਤ ਵੀ ਉਹਦਾ ਹੁੰਦਾ। ਸੀਰੀ ਦੀ ਪਰਸੈਂਟੇਜ ਥੋੜ੍ਹੀ ਜਿਹੀ ਘੱਟ ਹੁੰਦੀ, ਬੇਸਿਕਲੀ ਉਹ ਪਾਰਟਨਰ ਹੁੰਦਾ ਸੀਗਾ। ਹੌਲੀ ਹੌਲੀ ਜਿਵੇਂ ਇਹ ਮਟੀਰੀਅਲਿਸਟਿਕ ਦਾ ਟਾਈਮ ਆਉਂਦਾ ਗਿਆ, ਪੈਸੇ ਨਾਲ ਚੀਜ਼ਾਂ ਤੁਰਨੀਆਂ ਸ਼ੁਰੂ ਹੋਣ ਲੱਗ ਗਈਆਂ, ਉਦੋਂ ਬਾਅਦ ਫਿਰ ਫਿਕਸ ਅਮਾਊਂਟ ਹੋਣ ਲੱਗ ਗਈ ਕਿ ਵੀ ਤੁਹਾਨੂੰ ਈਅਰਲੀ ਅਸੀਂ ਆਹ ਦੇਵਾਂਗੇ, ਹੈ ਨਾ। ਹਾਲਾਂਕਿ ਉਹਦਾ ਸ਼ਬਦਿਕ ਅਰਥ ਵੀ ਬਦਲ ਗਿਆ ਸੀਗਾ, ਉਦੋਂ ਉਹਨੂੰ ਕੰਮ ਕਹਿਣ ਲੱਗ ਗਏ ਸੀਗੇ
ਸੀਰੀ ਦੀ ਜਗ੍ਹਾ ਕਾਮਾ ਵਰਡ ਯੂਜ਼ ਹੋਣ ਲੱਗ ਗਿਆ ਸੀਗਾ, ਬਟ ਜਿਹੜਾ ਉਹ ਥੋੜ੍ਹਾ ਕੱਟੇ ਲੋਕ ਯੂਜ਼ ਕਰਦੇ ਸੀਗੇ, ਬਟ ਉਹ ਜਿਹੜਾ ਟ੍ਰੈਡੀਸ਼ਨ ਚੱਲਿਆ ਹੁੰਦਾ ਸੀਗਾ ਉਹ ਕਾਮੇ ਨੂੰ ਵੀ ਸੀਰੀ ਕਹਿੰਦੇ ਸੀਗੇ, ਬਟ ਸੀਰੀ ਸਾਡਾ ਇੱਕ ਹਿੱਸਾ ਹੈ, ਸਾਡਾ ਇੱਕ ਪਾਰਟ ਹੈ, ਸਾਡਾ ਇੱਕ ਭਰਾ ਹੈ ਨਾ, ਜਿਹੜਾ ਸਾਡੇ ਨਾਲ ਖੇਤਾਂ 'ਚ ਸਾਡੇ ਬਰਾਬਰ ਖੇਤਾਂ 'ਚ ਕੰਮ ਕਰਦਾ ਹੈ, ਜੇ ਕਿਤੇ ਡਾਂਗ ਖੜਕ ਜੇ ਤਾਂ ਸਾਡੇ ਨਾਲ ਖੜਾ ਹੁੰਦਾ ਹੈ। ਹਾਂ, ਸੋ ਇਹ ਚੀਜ਼ ਮੈਨੂੰ ਵੀ ਪਹਿਲੀ ਵਾਰ ਪਤਾ ਲੱਗੇ, ਆਪਾਂ ਕਲਿੱਪ ਕੱਟ ਕੇ ਪਾਵਾਂਗੇ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ। ਕੁਝ ਟਾਈਮ ਤੇ ਮਾਲਵੇ ਦਾ ਕੁਝ ਏਰੀਆ ਸੀਗਾ, ਪਾਰਟਿਕੂਲਰ ਗੱਲ ਡਿਸਕਸ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ, ਆਈ ਡੋਂਟ ਨੋ, ਪਤਾ ਨਹੀਂ, ਪਰ ਮੈਂ ਦੱਸ ਦਿੰਦਾ ਵੀ ਉਸ ਏਰੀਆ 'ਚ ਇਹ ਹੁੰਦਾ ਸੀਗਾ ਵੀ ਜੇ ਕਿਸੇ ਜੱਟ ਤੋਂ ਮਰਡਰ ਹੋ ਜਾਂਦਾ ਸੀਗਾ ਨਾ ਤਾਂ ਪੁਲਿਸ ਨਾਲ ਆ ਕੇ ਉਹਦੇ ਸੀਰੀ ਨੂੰ ਜ਼ਰੂਰ ਚੱਕਦੀ ਸੀ ਕਿ ਇਹ ਤੋਂ ਬਿਨਾਂ ਇਕੱਲੇ ਤੋਂ ਇਕੱਲਾ ਮਰਡਰ ਨਹੀਂ ਕਰ ਸਕਦਾ, ਨਾਲ ਇਹਦੇ ਸੀਰੀ ਦਾ ਹੱਥ ਜ਼ਰੂਰ ਹੋਏਗਾ, ਨਾਲ ਹੀ ਉਹਨਾਂ ਦੇ। ਹਾਂ ਬਿਲਕੁਲ ਹੁੰਦਾ ਸੀਗਾ, ਕਿਉਂਕਿ ਹੁੰਦਾ ਸੀਗਾ 100% ਜੀ, ਜੇ ਜੱਟ ਨੇ ਕੋਈ ਵੀ ਐਕਟੀਵਿਟੀ ਕਰਨੀ ਹੈ ਚਾਹੇ ਚੰਗੀ ਕਰਨੀ ਹੈ ਤਾਂ ਵੀ ਉਹਨੇ ਨਾਲ ਹੋਣਾ, ਜੇ ਮਾੜੀ ਕਰਨੀ ਹੈ ਤਾਂ ਵੀ ਉਹਨੇ ਨਾਲ ਜੀ। ਕੀ ਲੱਗਦਾ ਹੈ ਕਿ ਜੱਟ ਦਾ ਗੁਜ਼ਾਰਾ ਹੋ ਸਕਦਾ ਹੈ ਸੀਰੀ ਨਾਲ? ਕਦੇ ਵੀ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ, ਨਾ ਜੱਟ ਦਾ ਗੁਜ਼ਾਰਾ ਹੋ ਸਕਦਾ ਨਾ ਸੀਰੀ ਦਾ ਗੁਜ਼ਾਰਾ ਹੋ ਸਕਦਾ, ਦੋਨੇ ਇੱਕ ਦੂਸਰੇ ਦੇ ਦੋ, ਮਤਲਬ ਉਹ ਉਹਦੇ ਇੱਕ ਉਹ ਜ਼ਿੰਦਗੀ ਜਿਹੜੀ ਚੱਲ ਰਹੀ ਹੈ ਉਹਦੇ ਦੋ ਪਹੀਏ ਨੇ, ਹਸਬੈਂਡ ਵਾਈਫ ਤਾਂ ਬਾਅਦ 'ਚ ਪਹੀਏ ਬਣਦੇ ਨੇ, ਜੱਟ ਤੇ ਸੀਰੀ ਪਹਿਲਾਂ ਬਣ ਜਾਂਦੇ ਨੇ ਕਿਉਂਕਿ ਦੋਨੇ ਬਚਪਨ ਤੋਂ ਸਾਰ ਨਾਲ ਵੱਡੇ ਹੋ ਰਹੇ ਹੁੰਦੇ ਨੇ, ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ ਜੀ, ਐਗਰੀਕਲਚਰ ਤਾਂ ਖਾਸ ਕਰਕੇ ਜੀ। ਬਿਲਕੁਲ, ਸੋ ਅਗਰ ਆਪਾਂ ਤੁਹਾਡੀ ਗੱਲ ਕਰੀਏ ਹੈ ਨਾ, ਸੋ ਆਪਣੇ ਕਿਰਦਾਰਾਂ ਨੂੰ ਲੈ ਕੇ ਤੁਸੀਂ ਕਿੰਨੇ ਕੁ ਜ਼ਿਆਦਾ ਚੂਜ਼ੀ ਹੁੰਦੇ ਹੋ, ਕਿਹੜੀ ਚੀਜ਼ ਦੀ ਡਿਮਾਂਡ ਤੁਹਾਡੇ ਜ਼ਿਹਨ ਦੇ ਵਿੱਚ ਹੁੰਦੀ ਹੈ ਕਿ ਇਸ ਤਰੀਕੇ ਦੇ ਮੈਂ ਕਿਰਦਾਰ ਕਰਨਾ ਚਾਹੂੰਗਾ, ਜਾਂ ਪਾਰਟੀਕੂਲਰ ਕੋਈ ਚੀਜ਼ ਹੁੰਦੀ ਹੈ ਨਾ ਕਿ ਇਹ ਚੀਜ਼ ਮੈਂ ਨਹੀਂ ਕਰਨਾ ਚਾਹੂੰਗਾ ਕਦੇ ਵੀ? ਦੇਖੀਏ, ਮੈਂ ਹਿੰਦੀ ਸਿਨੇਮਾ ਬਾਰੇ ਗੱਲ ਨਹੀਂ ਕਰਾਂਗਾ, ਮੈਂ ਪੰਜਾਬੀ ਅਤੇ ਪੰਜਾਬੀ ਫਿਲਮਾਂ ਜੇ ਮੈਂ ਕਰਦਾ ਹਮੇਸ਼ਾ, ਮੇਰੀ ਇੱਕੋ ਹੀ ਖੁਆਇਸ਼ ਹੁੰਦੀ ਕਿ ਮੈਂ ਮਾੜੀ ਫਿਲਮ ਪੰਜਾਬ 'ਚ ਨਹੀਂ ਕਰਾਂਗਾ, ਜੇ ਮੈਨੂੰ ਫਿਲਮ ਜਾਂ ਸਬਜੈਕਟ ਨਹੀਂ ਸਮਝ ਆ ਰਿਹਾ, ਮੇਰਾ ਕਰੈਕਟਰ ਨਹੀਂ ਸਮਝ ਆ ਰਿਹਾ, ਤਾਂ ਮੈਂ ਫਿਲਮ ਹੀ ਨਹੀਂ ਕਰਾਂਗਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੇ ਮੈਂ ਕੰਮ ਕਰ ਰਿਹਾ ਪੰਜਾਬ 'ਚ ਤਾਂ ਮੈਂ ਵਧੀਆ ਕਰਨਾ ਚਾਹ ਰਿਹਾ, ਐਂਡ ਉਹ ਫਿਲਮ ਜੋ ਹੈ ਉਹ ਇਹੋ ਜਿਹੀ ਫਿਲਮ ਹੋਣੀ ਚਾਹੀਦੀ ਹੈ ਜੋ ਮੈਂ ਆਪਣੇ ਮਾਂ ਪਿਓ ਨੂੰ ਆਪ ਦਿਖਾ ਸਕਾਂ, ਜੇ ਮੈਂ ਉਹਨਾਂ ਨੂੰ ਦਿਖਾ ਸਕਦਾ ਤਾਂ ਮਤਲਬ ਮੈਂ ਇਹ ਵੀ ਐਕਸਪੈਕਟ ਕਰ ਸਕਦਾ ਕਿ ਮੈਂ ਆਪਣੀ ਆਡੀਅੰਸ ਨੂੰ ਕਹਿ ਸਕਾਂਗਾ ਕਿ ਤੁਸੀਂ ਜਾਓ ਇਹ ਫਿਲਮ ਦੇਖੋ, ਐਂਡ ਇਹੀ ਚੀਜ਼ ਮੈਨੂੰ ਹੇ ਸਿਰੀ ਵੇ ਸਿਰੀ 'ਤੇ ਫੀਲ ਹੋਈ ਕਿ ਹਾਂ ਯਾਰ ਆਈ ਫੀਲ ਪ੍ਰਾਊਡ ਕਿ ਮੈਂ ਆਪਣੇ ਡੈਡ ਨੂੰ ਕਿਹਾ ਕਿ ਪਾਪਾ ਇਹ ਫਿਲਮ ਦੇਖੋ ਤੁਸੀਂ। ਬਿਲਕੁਲ, ਸੋ ਫਿਲਮ ਦੀ ਟੀਮ ਦੇ ਬਾਰੇ ਗੱਲ ਕਰੀਏ ਸਰ, ਬਹੁਤ ਹੀ ਖੂਬਸੂਰਤ ਜਿਹੀ ਟੀਮ ਹੈ ਨਾ, ਹਰਦੀਪ ਗਿੱਲ ਜੀ, ਅਨੀਤਾ ਦੇਵਗਨ ਮੈਮ ਵੀ ਹੈ, ਔਰ ਉਹ ਇਸ ਵੇਲੇ ਚਲੋ ਇੰਟਰਵਿਊ ਦੇ ਵਿੱਚ ਮੌਜੂਦ ਨਹੀਂ ਹੈ, ਟੀਮ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਟੀਮ ਇਕੱਠੀ ਹੋਈ ਹੈ, ਔਰ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਵੀ ਜੋ ਜੋੜੀ ਹੈ ਉਹ ਇਸ ਦੇ ਵਿੱਚ ਵੀ ਜੋੜੀ ਨਜ਼ਰ ਆ ਰਹੀ? ਇਹ ਤਾਂ ਜੇ ਕੋਇੰਸੀਡੈਂਸ ਹੁੰਦੇ ਨੇ, ਜਦੋਂ ਪਰਮਾਤਮਾ ਕੁਛ ਵਧੀਆ ਚੀਜ਼ ਬਣਾਉਣੀ ਹੁੰਦੀ ਹੈ ਨਾ ਤਾਂ ਫਿਰ ਜੋ ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਤੁਸੀਂ ਐਫਰਟ ਕਰਦੇ ਰਹੋ ਤਾਂ ਉਹ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਕਈ ਵਾਰੀ ਬਿਨਾਂ ਐਫਰਟ ਤੋਂ ਹੋ ਜਾਂਦੀਆਂ ਨੇ, ਤੁਸੀਂ ਵੀ ਆਪਣੀ ਜ਼ਿੰਦਗੀ 'ਚ ਦੇਖਿਆ ਹੋਣਾ, ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਇਹਦੇ ਵਾਸਤੇ ਤਾਂ ਮੈਂ ਐਫਰਟ ਨਹੀਂ ਕੀਤਾ ਸੀਗਾ, ਉਹ ਨੇਚਰ ਚਾਹ ਰਹੀ ਹੁੰਦੀ ਆ, ਉਹ ਨੇਚਰ ਚਾਹ ਰਹੀ ਸੀਗੀ ਫਟਾਫਟ ਸਾਰੀਆਂ ਚੀਜ਼ਾਂ ਟਪਾਟਪ ਇਕੱਠੀਆਂ ਹੋਈਆਂ, ਮੈਨੂੰ ਜ਼ਿਆਦਾ ਇਹਦੇ ਵਾਸਤੇ ਐਫਰਟ ਕਰਨ ਦੀ ਜ਼ਰੂਰਤ ਹੀ ਨਹੀਂ ਪਈ, ਸਾਰਾ ਕੁਛ ਹੋ ਗਿਆ, ਸਾਰਾ ਕੁਛ ਹੋ ਗਿਆ ਜੀ। ਸੋ ਅਵਤਾਰ ਸਰ ਦੇ ਬਾਰੇ ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਕਰੂੰਗੀ ਕਿ ਕਿਸ ਤਰੀਕੇ ਦੇ ਡਾਇਰੈਕਟਰ ਰਹੇ ਹੈ, ਕਿਉਂਕਿ ਡਾਇਰੈਕਟਰ ਹੁੰਦਾ ਨਾ ਕਿ ਕਈ ਵਾਰ ਡਾਇਰੈਕਟਰ ਸਾਹਿਬ ਨੂੰ ਸਟ੍ਰਿਕਟ ਹੋਣਾ ਪੈਂਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ, ਕਿਉਂਕਿ ਉਹ ਜਿਸ ਨਜ਼ਰੀਏ ਦੇ ਨਾਲ ਫਿਲਮ ਨੂੰ ਦੇਖ ਰਹੇ ਹੁੰਦੇ, ਇੱਕ ਸੀਨ ਨੂੰ ਦੇਖ ਰਹੇ ਹੁੰਦੇ, ਕਈ ਵਾਰ ਐਕਟਰ ਉਸ ਚੀਜ਼ ਨੂੰ ਨਹੀਂ ਬਿਲਕੁਲ ਸਟ੍ਰਿਕਟ ਨਹੀਂ, ਮੈਨੂੰ ਪੁੱਛ ਰਹੀ ਹੈ, ਮੈਨੂੰ ਜਵਾਬ ਦੇ, ਮੈਂ ਬਿਲਕੁਲ ਸਟ੍ਰਿਕਟ ਨਹੀਂ ਹਾਂ, ਅਰੇ ਮੈਨੂੰ ਜਵਾਬ ਦੇਣ ਦੇ, ਹਾਂਜੀ ਪੁੱਛੋ ਪੁੱਛੋ, ਮੈਂ ਬਿਲਕੁਲ ਸਟ੍ਰਿਕਟ, ਹਾਂ ਪੁੱਛੋ ਮੈਨੂੰ ਸਵਾਲ, ਹਾਂਜੀ ਕਿਵੇਂ ਫਿਲਮ ਹੋਰ ਕਰਦੀ ਹੈ ਦੁਬਾਰਾ, ਬਹੁਤ ਵਧੀਆ ਡਾਇਰੈਕਟਰ ਨੇ, ਇਸ ਤੋਂ ਬੈਟਰ ਡਾਇਰੈਕਟਰ ਮੈਂ ਅੱਜ ਤੱਕ ਨਹੀਂ। ਦੇਖੀਏ, ਮੇਰੇ ਲਈ ਅਵਤਾਰ ਸਿੰਘ ਜੀ ਜੋ ਹੈ ਉਹ ਬਹੁਤ ਹੀ ਫੋਕਸਡ ਡਾਇਰੈਕਟਰ ਹੈ, ਐਂਡ ਬਹੁਤ ਮੈਂ ਕਹਾਂ ਇਹਨਾਂ ਨੂੰ ਆਈਡੀਆ ਹੈਗਾ ਕਿ ਪੂਰੇ ਦਿਨ 'ਚ ਕਿੰਨਾ ਕੰਮ ਕਰਨਾ ਹੈ, ਕਿੰਨੇ ਸੀਨਸ ਕੱਢਣੇ ਹੈ, ਸਭ ਕੁਛ ਹੈ, ਐਂਡ ਬਹੁਤ ਵਧੀਆ ਇੱਕ ਗੱਲ ਹੈ ਕਿ ਇਹ ਜੋ ਹੈ ਪ੍ਰੋਡਿਊਸਰ ਦਾ ਡਾਇਰੈਕਟਰ ਹੈ, ਇਹ ਪ੍ਰੋਡਿਊਸਰ ਡਾਇਰੈਕਟਰ,
ਇਹਨੂੰ ਪਤਾ ਹੈਗਾ ਕਿੱਥੇ ਕੀ ਕਰ ਸਕਦੇ ਹਾਂ ਅਤੇ ਕਿੰਨੇ ਦਿਨ 'ਚ ਫਿਲਮ ਖਤਮ ਕਰੀਏ, ਪ੍ਰੋਡਿਊਸਰ ਦਾ ਫਾਇਦਾ ਹੋਵੇ। ਪਰ ਹਾਂ, ਉਹ ਪੈਸੇ ਜੋ ਬਚ ਰਹੇ ਪਲੀਜ਼ ਉਹ ਤੁਸੀਂ ਪ੍ਰਮੋਸ਼ਨ 'ਤੇ ਲਾਓ ਜਾਂ ਪੋਸਟ 'ਚ ਲਾਓ ਜਾਂ VFX ਜੋ ਵੀ ਕਰ ਸਕਦੇ, ਜੋ ਸਾਡੀ ਫਿਲਮ ਨੂੰ ਸਕਰੀਨ 'ਚ ਆਡੀਅੰਸ ਲਈ ਬੈਟਰ ਬਣਾ ਸਕੇ, ਅਤੇ ਉਸ ਟਾਈਪ ਦੇ ਡਾਇਰੈਕਟਰ ਜੀ। ਸੋ ਫਿਲਮ ਦੇ ਵਿੱਚ ਟੋਟਲੀ ਐਗਰੀਕਲਚਰ ਵਿਦ ਯੂ। ਸੋ ਫਿਲਮ ਦੇ ਵਿੱਚ ਬਹੁਤ ਸਾਰੇ ਜਿਵੇਂ ਸੀਨ ਹੁੰਦੇ, ਕਈ ਸੀਨ ਹੈਲੋ 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 ਇਹ ਨਹੀਂ ਪੁੱਛੋਗੇ ਆਰੇ ਬੱਬਰ ਕਿਹੋ ਜਿਹਾ ਐਕਟਰ ਹੈ ਇਹਨੂੰ, ਚਲੋ ਬਹੁਤ ਹੀ ਸਪੋਰਟਿਵ, ਬਹੁਤ ਵਧੀਆ। ਔਰ ਜੇ ਅਸੀਂ ਬਹੁਤ ਘੱਟ ਟਾਈਮ ਚ ਇੰਨਾ ਸੋਹਣਾ ਪ੍ਰੋਡਕਟ ਬਣਾ ਪਾਇਆ ਤਾਂ ਉਹ ਮੇਰੇ ਕੋਲ ਕੋਈ ਰੋਕਟ ਸਾਇੰਸ ਨਹੀਂ ਹੈਗੀ, ਇਕੱਲਾ ਮੇਰੇ ਕੋਲ, ਮੈਂ ਆਪਦੇ ਸਿਰ 'ਤੇ ਡਾਇਰੈਕਟਰ ਨੇ ਪੱਟੇ ਚੱਕ, ਨਹੀਂ, ਇਹ ਸਾਰੀ ਜਿਹੜੀ ਕਾਸਟ ਸੀਗੀ ਉਹਨਾਂ ਦੀ ਸਪੋਰਟ ਨਾਲ ਹੋਇਆ। ਆਰਿਆ ਬੱਬਰ ਮੇਰਾ, ਉਹ ਤਾਂ ਬਾਕੀ ਤਾਂ ਚਲੋ ਆਰਟਿਸਟਾਂ ਆ ਰਿਹਾ, ਇਹ ਮੇਰਾ ਛੋਟਾ ਸਰਪੰਚ ਹੈ, ਮੇਰਾ ਵੱਡਾ ਸਰਪੰਚ ਹੈ। ਠੀਕ ਹੈ, ਹਾਂਜੀ। ਸਰਪੰਚ ਦਾ ਕੀ ਰੀਜ਼ਨ ਹੈ? ਸਰਪੰਚ ਟਾਈਟਲ ਦਿੱਤਾ ਹੋਇਆ ਮੈਨੂੰ ਸਰਪੰਚ ਦਾ। ਅੱਛਾ, ਇਲੈਕਸ਼ਨ ਲੜਵਾਉਣੀ ਆ ਅਗਲੀ ਵਾਰੀ ਪੰਜਾਬ 'ਚ, ਸੋਚੋ ਡੈਡ ਨਹੀਂ ਪਿੱਛੇ ਪੜੇ, ਮੈਂ ਪੜੇ। ਸੀਰੀਅਸਲੀ ਅਗਲੀ ਵਾਰੀ ਜਦੋਂ ਹੁਣ ਅੱਗੇ ਨਾ ਜਿਹੜੀਆਂ ਮਤਲਬ ਹੁਣ ਸਰਪੰਚੀ ਦੀਆਂ ਵੋਟਾਂ ਆਉਣੀਆਂ, ਉਸ ਤੋਂ ਬਾਅਦ ਜਦੋਂ ਫਿਲਮ ਆਇਆ ਕਰੂਗਾ, ਫਿਲਮ 'ਚ ਆਰਿਆ ਬੱਬਰ ਨਹੀਂ ਆਇਆ ਕਰਨਾ, ਉਹਦੇ 'ਤੇ ਲਿਖਿਆ ਹੋਇਆ ਕਿਹੜਾ, ਸਰਪੰਚ ਆਰਿਆ ਬੱਬਰ, ਸਰਪੰਚੀ ਚ ਦਾ। ਵਾਹ, ਤੁਹਾਡੀ ਤੇ ਜਿੱਤ ਪੱਕੀ ਹੈ ਫਿਰ, ਮੁਬਾਰਕਾਂ ਪਹਿਲਾਂ ਹੀ ਤੁਹਾਨੂੰ। ਥੈਂਕ ਯੂ ਸੋ ਮਚ ਜੀ। ਸੋ ਜਦੋਂ ਆਪਾਂ ਸਰ ਸਕਰੀਨ ਤੇ ਫਿਲਮ ਦੇਖਦੇ ਹਾਂ ਨਾ, ਬਹੁਤ ਸਾਰੇ ਸੀਨ ਆਪਾਂ ਨੂੰ ਇਦਾਂ ਲੱਗਦੇ ਕਿ ਇਹ ਤਾਂ ਬਹੁਤ ਵਧੀਆ ਲੱਗ ਰਿਹਾ, ਈਜ਼ੀਲੀ ਸ਼ੂਟ ਹੋ ਗਿਆ, ਪਰ ਟੈਕਨੀਕਲੀ ਅਗਰ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਸ਼ੂਟ ਕਰਨੀਆਂ ਔਖੀਆਂ ਵੀ ਹੁੰਦੀਆਂ। ਸੋ ਕੋਈ ਸੀਨ ਇਦਾਂ ਦਾ ਰਿਹਾ ਜੋ ਤੁਹਾਨੂੰ ਸ਼ੂਟ ਕਰਨਾ ਡਿਫਿਕਲਟ ਰਿਹਾ ਹੋਵੇ? ਜੀ, ਮੇਰੇ ਨਾ ਪ੍ਰੋਡਿਊਸਰ ਸੀਗੇ, ਉਹਨਾਂ ਨੇ ਜਿਹੜੀ ਸਪੋਰਟਿਵ ਟੀਮ ਦਿੱਤੀ ਹੋਈ ਸੀਗੀ ਉਹ ਬਹੁਤ ਸੋਹਣੀ ਦਿੱਤੀ ਹੋਈ ਸੀਗੀ। ਮਤਲਬ ਕੋਈ ਇਸ ਤਰ੍ਹਾਂ ਦਾ, ਮੇਰੇ ਜੇ ਮੈਂ ਹੁਣ ਦਿਮਾਗ ਲਾਵਾਂ, ਜ਼ੋਰ ਲਾਵਾਂ, ਕੋਈ ਇਸ ਤਰ੍ਹਾਂ ਦਾ ਕੋਈ ਸਿਚੁਏਸ਼ਨ ਆਈ ਹੈ ਨਹੀਂ ਹੈ ਵੀ ਜਿਹੜਾ ਸਾਨੂੰ ਸ਼ੂਟ ਕਰਨਾ ਬਹੁਤ, ਜਿਹੜੀ ਚੀਜ਼ ਚਾਹੀਦੀ ਸੀਗੀ ਉਹਨਾਂ ਨੇ ਮੰਗਵਾ ਕੇ ਦਿੱਤੀ, ਅਵੇਲੇਬਲ ਸੀਗੀ, ਇਕਿਊਪਮੈਂਟ ਚਾਹੀਦਾ ਸੀਗਾ, ਇਕਿਊਪਮੈਂਟ ਅਵੇਲੇਬਲ ਕਰਵਾ, ਸਾਰੀਆਂ ਚੀਜ਼ਾਂ ਪ੍ਰੋਵਾਈਡ। ਹਾਂ, ਬਹੁਤ ਸੌਖੀ ਸੌਖੀ ਜੀ ਫਿਲਮ ਬਣਾ ਲਈ, ਮੈਂ ਜ਼ਿਆਦਾ ਔਖਾ ਨਹੀਂ ਕਰਨਾ ਪਿਆ, ਆਰਟਿਸਟ ਐਡੇ ਟੌਪ ਦੇ ਦਿੱਤੇ, ਬਹੁਤ ਟੈਨਸ਼ਨ ਦੀ ਲੋੜ ਹੀ ਨਹੀਂ ਪਈ ਜੀ। ਸੋ ਆਰੇ ਕੋਈ ਇਦਾਂ ਦੀ ਯਾਦ ਹੈਗੀ ਪੂਰੇ ਸ਼ੂਟ ਦੇ ਦੌਰਾਨ? ਪਹਿਲਾਂ ਤਾਂ ਮੈਂ ਐਕਸਪੀਰੀਅੰਸ ਹੀ ਜਾਣੂਗੀ ਤੁਹਾਡਾ ਕਿਸ ਤਰੀਕੇ ਦਾ ਰਿਹਾ, ਔਰ ਕੋਈ ਇਦਾਂ ਦੀ ਯਾਦ ਜੋ ਲੱਗਦਾ ਕਿ ਇਸ ਫਿਲਮ ਦੇ ਨਾਲ ਜੁੜੀ ਹੋਈ ਹੈ, ਹਮੇਸ਼ਾ ਤੁਹਾਡੇ ਨਾਲ ਰਹੂਗੀ? ਆਖਰੀ ਸਵਾਲ। ਦੇਖੀ, ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਜੋ ਮੇਰੇ ਲਈ ਇਸ ਫਿਲਮ ਦੇ ਨਾਲ ਜੁੜ ਗਈ ਹੈ, ਉਹ ਇਹ ਹੈ ਕਿ ਹਰ ਪਾਸੇ ਮੈਂ ਜਾ ਰਿਹਾ, ਲੋਕ ਮੈਨੂੰ ਇਹ ਕਹਿ ਰਹੇ ਕਿ ਜੀ ਉਹ ਯਾਰਨ ਬੁੱਲੇ ਆ ਰਿਹਾ ਬੱਬਰ ਕਮ ਬੈਕ ਫੀਲ, ਇਹ ਜੇ ਗੱਲਾਂ ਹੋ ਰਹੀਆਂ ਇਹ ਬਹੁਤ ਇਮੋਸ਼ਨਲ ਕਰਦੀਆਂ ਕਿਤੇ ਨਾ ਕਿਤੇ, ਐਂਡ ਮੇਰੇ ਲਈ ਇਹ ਬਹੁਤ ਪੋਜ਼ਿਟਿਵ ਗੱਲ ਹੈ ਕਿ ਮੇਰੀ ਆਡੀਅੰਸ ਇਸ ਫਿਲਮ ਦਾ ਇੰਤਜ਼ਾਰ ਕਰ ਰਹੀ ਹੈ, ਐਕਸਾਈਟਿਡ ਹੈ ਇਸ ਫਿਲਮ ਨੂੰ ਦੇਖਣ ਲਈ, ਤੁਸੀਂ ਸਾਰੇ ਆ ਰਹੇ ਹੋ, ਸਪੋਰਟ ਕਰ ਰਹੇ ਹੋ ਫਿਲਮ ਨੂੰ, ਮੇਰੇ ਲਈ ਇਹ ਬਹੁਤ ਓਵਰਵੈਲਮਿੰਗ ਗੱਲ ਹੈ, ਤਾਂ ਮੇਰੇ ਲਈ ਇਹ ਗੱਲ ਜੋ ਹੈ ਉਹ ਹਮੇਸ਼ਾ ਮੇਰੇ ਨਾਲ ਰਹੇਗੀ ਜੀ। ਇੱਕ ਇਨਸਾਨ ਦੇ ਵਿੱਚ ਕਹਿੰਦੇ ਨੇ ਕਿ ਕਾਫੀ ਬਦਲਾਵ ਆਉਂਦੇ ਹਨ, ਜਦੋਂ ਤੁਸੀਂ ਇੰਡਸਟਰੀ ਵਿੱਚ ਆਏ ਸੀ ਤੇ ਹੁਣ ਆਪਣੇ ਆਪ ਦੇ ਵਿੱਚ ਕੋਈ ਬਦਲਾਵ ਦੇਖਦੇ ਹੋ ਕਿ ਮੇਰੀ ਪਰਸਨੈਲਿਟੀ ਦੇ ਵਿੱਚ ਇਹ ਚੇਂਜ ਆਈ ਹੈ, ਜਾਂ ਫਿਰ ਮਤਲਬ ਕੁਝ ਚੀਜ਼ਾਂ ਨੂੰ ਲੈ ਕੇ ਆਪਣੀ ਸੋਚ ਬਦਲਦੀ ਹੈ? ਮੈਨੂੰ ਲੱਗਦਾ ਜਿੰਨਾ ਕੰਮ ਤੁਸੀਂ ਕਰਦੇ ਰਹਿੰਦੇ ਹੋ ਤੁਹਾਡਾ ਰਿਆਜ਼ ਹੁੰਦਾ ਹੈ ਆਪਣੇ ਕੰਮ ਨੂੰ ਲੈ ਕੇ, ਆਪਣੇ ਆਪ ਨੂੰ ਲੈ ਕੇ, ਅਤੇ ਜਿੰਨੇ ਸਾਲ ਤੁਸੀਂ ਆਪਣੇ ਆਪ ਨੂੰ ਯੂ ਨੋ ਆਪਣਾ ਕੰਮ ਕਰਦੇ ਕਰਦੇ ਅਤੇ ਆਪਣੇ ਆਪ ਨੂੰ ਵੀ ਸਮਝਦੇ ਹੋ, ਤਰਾਸ਼ਦੇ ਰਹਿੰਦੇ ਹੋ, ਅਤੇ ਵਧੀਆ ਡਾਇਰੈਕਟਰ ਜਦੋਂ ਮਿਲਦੇ ਹੋ ਉਹ ਤੁਹਾਨੂੰ ਤਰਾਸ਼ਦੇ ਆ, ਤੁਸੀਂ ਐਜ਼ ਅ ਹਿਊਮਨ ਬੀਂਗ ਵੀ ਬੈਟਰ ਹੁੰਦੇ ਹੋ, ਐਕਟਰ ਤੋਂ ਠੀਕ ਹੈ ਤੁਸੀਂ ਬੈਟਰ ਹੁੰਦੇ ਰਹਿੰਦੇ ਹੋ ਵਿਦ ਟਾਈਮ, ਬਟ ਐਜ਼ ਹਿਊਮਨ ਬੀਂਗ ਆਲਸੋ ਯੂ ਗੈਟ ਬਿਕਮ ਬੈਟਰ ਜੀ। ਸੋ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਆਪਣੇ ਚੈਨਲ ਦੇ ਜ਼ਰੀਏ ਕੀ ਕਹਿਣਾ ਚਾਹੋਗੇ ਫਿਲਮ ਹੇ ਸੀਰੀ ਵੇ ਸੀਰੀ? ਫਿਲਮ ਬਹੁਤ ਸੋਹਣੀ ਬਣੀ ਹੈ ਜੀ, ਸਾਰੇ ਜਾ ਕੇ ਦੇਖੋ, ਪੰਜਾਬ ਦੀ ਮਿੱਟੀ ਦੀ ਫਿਲਮ ਹੈ, ਚਾਹੇ UK ਗਈ ਹੈ ਪੰਜਾਬ ਦੀ ਮਿੱਟੀ, ਕਿਉਂਕਿ ਹੁਣ ਤਾਂ ਪੰਜਾਬ ਦੀ ਮਿੱਟੀ ਪੂਰੀ ਦੁਨੀਆ 'ਚ ਖਿੰਡੀ ਹੋਈ ਹੈ, ਹੈ ਨਾ, ਇਹ ਮਿੱਟੀ ਜਿਹੜੀ UK ਗਈ ਹੋਈ ਹੈ, UK ਜਾ ਕੇ ਕੀ ਰੰਗ ਖਲੇਰਦੀ ਹੈ, ਪੂਰਾ ਫਨ ਸ਼ਾਨਾ ਹੈ, ਕਾਮੇਡੀ ਹੈ,
ਤੋਂ ਸਾਰਿਆਂ ਨੇ ਜਾ ਕੇ ਆਪਣੇ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ, ਸਭ ਤੋਂ ਇੰਪੋਰਟੈਂਟ। ਤੁਹਾਨੂੰ ਕਿਤੇ ਵੀ ਪਰਿਵਾਰ ਨਾਲ ਬੈਠ ਕੇ ਸਿਰ ਝੁਕਾ ਕੇ ਦੇਖਣ ਦੀ ਲੋੜ ਨਹੀਂ ਪਏਗੀ, ਪੂਰੀ ਸ਼ਾਨ ਨਾਲ ਆਪਣੀ ਫੈਮਿਲੀ ਨਾਲ ਫਿਲਮ ਦੇਖ ਕੇ ਆਓ, ਹੇ ਸ੍ਰੀ ਵੇ ਸ੍ਰੀ 22 ਨਵੰਬਰ ਨੂੰ। ਵਾਹ, ਹਰਦੀਪ ਗਿੱਲ ਸਾਹਿਬ, ਅਨੀਤਾ ਮੈਂ ਅਨੀਤਾ ਦੇਵਗਨ ਮੈਮ ਜੋ ਹੈ ਇਸ ਫਿਲਮ 'ਚ ਟਾਈਟਲ ਰੋਲ ਕਰ ਰਹੀ ਹੈ ਸੀਰੀ ਦਾ, ਐਂਡ ਦੋਨੋਂ ਕਲਾਸਿਕ ਐਕਟਰਸ ਹੈ, ਵਧੀਆ ਐਕਟਰਸ ਨੇ, ਅਤੇ ਮੈਨੂੰ ਵੀ ਮੌਕਾ ਮਿਲਿਆ ਇਹਨਾਂ ਦੇ ਨਾਲ ਕੰਮ ਕਰਨ ਦਾ। ਸਰ ਨੇ ਬਹੁਤ ਵਧੀਆ ਡਾਇਰੈਕਸ਼ਨ ਕੀਤੀ ਹੈ, ਮੈਂ ਵੀ ਥੋੜ੍ਹੀ ਜਿਹੀ ਠੀਕ ਠਾਕ ਕੰਮ ਕੀਤਾ, ਅਤੇ ਜਾਓ ਫਿਲਮ ਦੇਖੋ, 22 ਨਵੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਮਿਲਦੇ ਹਾਂ ਜੀ। ਥੈਂਕ ਯੂ ਸੋ ਮਚ ਗੱਲਬਾਤ ਦੇ ਲਈ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਔਰ ਬੈਸਟ ਵਿਸ਼ਸ ਤੁਹਾਡੀ ਫਿਲਮ ਦੇ ਲਈ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।